ਵਾਦੀ ਕਸ਼ਮੀਰ ਵਿੱਚ ਅਮਨ ਬਹਾਲੀ ਲਈ ਸਿੱਖ ਪੁਲਿਸ ਹੈੱਡ ਕਨਸਟੇਬਲ ਅਨੂਪ ਸਿੰਘ ਦੀ ਕੁਰਬਾਨੀ ਨੂੰ ਸਜਦਾ ਕਰਨ ਵੱਡੀ ਤਦਾਦ ਚ ਲੋਕ ਜੁੜੇ ਨੇ 48 ਵਰਿਆਂ ਦੇ ਅਨੂਪ ਸਿੰਘ ਨੇ ਪਲਵਾਮਾ ਚ دہشت ਗਰਦਨ ਨਾਲ ਲੋਹਾ ਲੈਦਿਆਂ ਸ਼ਹਾਦਤ ਹਾਸਲ ਕੀਤੀ ਹੈ ਪਰ ਇਸ ਪਰਿਵਾਰ ਦਾ ਸ਼ਹਾਦਤ ਦਾ ਇਤਿਹਾਸ ਪੁਰਾਣਾ ਹੈ ਇਹ ਵਾਦੀ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਲੜਦਿਆਂ ਇਸ ਪਰਿਵਾਰ ਦੀ ਦੂਜੀ ਸ਼ਹਾਦਤ ਹੈ ਪਰਿਵਾਰ ਦਾ ਇੱਕ ਮੈਂਬਰ ਇਸ ਤੋਂ ਪਹਿਲਾਂ ਆਪਣੀ ਜਾਨ ਕੁਰਬਾਨ ਕਰ ਚੁੱਕਾ ਹੈ ਬੀਤੇ ਕੱਲ ਅਨੂਪ ਸਿੰਘ ਦਾ ਪਲਵਾਮਾ ਦੇ ਜ਼ਿਲ੍ਹਾ ਪੁਲਿਸ ਲਾਈਨ ਵਿੱਚ ਉਸ ਦੇ ਬ੍ਰਿਤਿਕ ਦੇਹ ਨੂੰ ਸਨਮਾਨ ਸਹਿਤ ਅੰਤਿਮ ਵਿਦਾਇਗੀ ਦਿੱਤੀ ਗਈ ਇਸ ਮੌਕੇ ਪੁਲਿਸ ਦੇ ਆਲਾ ਅਫਸਰ ਮੌਜੂਦ ਰਹੇ ਤਾਂ ਉਹਨਾਂ ਦੇ ਪਿੰਡ ਵਾਲੇ ਤੇ ਕਰੀਬੀ ਰਿਸ਼ਤੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਜਾਂਬਾਜ਼ ਸਿੱਖ ਪੁਲਿਸ ਅਫਸਰ ਨੂੰ ਅੰਤਿ ਵਿਦਾਇਗੀ ਦੇਣ ਵੇਲੇ ਹਰ ਅੱਖ ਨਮ ਸੀ। ਹਰ ਕਿਸੇ ਦੀ ਜ਼ੁਬਾਨ ਉੱਪਰ ਉਸ ਦੀ ਬਹਾਦਰੀ ਦੇ ਚਰਚੇ ਸਨ। ਉਹਨਾਂ ਦੇ ਇੱਕ ਰਿਸ਼ਤੇਦਾਰ ਵੀਰੂ ਸਿੰਘ ਦਾ ਕਹਿਣਾ ਹੈ ਕਿ ਇਹ ਸ਼ਹੀਦਾਂ ਦਾ ਪਰਿਵਾਰ ਹੈ। ਦਹਾਕਾ ਪਹਿਲਾਂ ਸਾਗਰ ਸਿੰਘ ਸ਼ਹੀਦ ਹੋਇਆ ਸੀ ਅਤੇ ਹੁਣ ਅਨੂਪ ਸਿੰਘ ਨੇ دہشت ਗਰਦਾਂ ਨਾਲ ਲੜਦਿਆਂ ਸ਼ਹਾਦਤ ਹਾਸਲ ਕੀਤੀ ਹੈ। ਅਨੂਪ ਸਿੰਘ ਸਮੇਤ ਚਾਰੇ ਪਰਾ ਪੁਲਿਸ ਵਿਦਿਆਰਥੀ ਸਨ ਅਤੇ ਅਨੂਪ ਸਿੰਘ ਉਹਨਾਂ ਸਭ ਤੋਂ ਛੋਟੇ ਸਨ। 10 ਸਾਲ ਪਹਿਲਾ ਉਹਨਾਂ ਦਾ ਪ੍ਰਾ ਸਾਗਰ ਸਿੰਘ ਸ਼੍ਰੀਨਗਰ ਵਿੱਚ ਹੋਈ ਇੱਕ ਬੰਬ ਬਲਾਸਟ ਵਿੱਚ ਸ਼ਹੀਦ ਹੋ ਗਿਆ ਸੀ ਇਹ ਤਮਾਕਾ ਉਸ ਵੇਲੇ ਹੋਇਆ ਸੀ ਜਦੋਂ ਪੁਲਿਸ ਵਾਹਨ ਸੈਂਟਰਲ ਜੇਲ੍ਹ ਵਿੱਚ ਕੁਝ ਕੈਦੀਆਂ ਨੂੰ ਛੱਡ ਕੇ ਪਲਵਾਮਾ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਰਿਮੋਟ ਕੰਟਰੋਲ ਰਾਹੀਂ ਕੀਤੇ ਧਮਾਕੇ 'ਚ ਦਸੰਬਰ 9 2009 ਨੂੰ ਰਾਜਨ ਸਵਾਰੀ ਵਿਖੇ ਸਾਗਰ ਸਿੰਘ ਨੇ ਸ਼ਹਾਦਤ ਹਾਸਲ ਕੀਤੀ ਸੀ। ਉਸਦੇ ਦੋ ਹੋਰ ਵੱਡੇ ਪ੍ਰਾਪ ਪੁਲਿਸ ਦੀ ਨੌਕਰੀ ਤੋਂ ਰਟਾਇਰ ਹੋ ਚੁੱਕੇ ਹਨ ਤੇ ਇਸ ਵੇਲੇ ਫਾਇਰ ਸਰਵਿਸ ਵਿੱਚ ਸੇਵਾਵਾਂ ਨਿਭਾ ਰਹੇ ਹਨ। ਅਨੂਪ ਸਿੰਘ ਇੰਡੀਅਨ ਰਿਜ਼ਰਵ ਪੁਲਿਸ ਦੀ 10ਵੀਂ ਬਟਾਲੀਅਨ 'ਚ ਤਾਇਨਾਤੀ ਉਸਦੀ ਪੋਸਟਿੰਗ ਪੁਲਵਾਮਾ ਵਿੱਚ ਸੀ। ਇਹ ਪਰਿਵਾਰ ਪੁਲਵਾਮਾ ਦੇ ਸ਼ਾਦੀਪੁਰਾ ਪਿੰਡ ਨਾਲ ਸਬੰਧਤ ਹੈ। ਅਨੂਪ ਸਿੰਘ ਆਪਣੇ ਪਿੱਛੇ ਪਰਿਆਪੂਰਾ ਪਰਿਵਾਰ ਛੱਡ ਗਏ ਹਨ ਜਿਸ ਵਿੱਚ ਉਸਦੀ ਪਤਨੀ ਸਮੇਤ 4 ਬੱਚੇ ਹਨ। ਦੋ ਤੀਆਂ ਉਮਰ 2 19 ਅਤੇ 15 ਸਾਲ ਦੇ ਹਨ ਉਹਨਾਂ ਦੀ ਵੱਡੀ ਤੀ ਕਾਲਜ ਵਿੱਚ ਪੜ ਰਹੀ ਹੈ ਜਦਕਿ ਮੁੰਡਾ ਆਈਟੀਆਈ ਵਿੱਚ ਹੈ ਬਾਕੀ ਦੋ ਬੱਚੇ ਸਕੂਲ ਵਿੱਚ ਹਨ ਉਸਦੇ ਸਹਯੋਗੀਆਂ ਮੁਤਾਬਕ ਅਨੂਪ ਸਿੰਘ ਆਪਣੇ ਬੱਚਿਆਂ ਦੀ تعلیم ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ ਉਹਨਾਂ ਨੂੰ ਉੱਚ ਦਰਜੇ ਦੀ ਸਿੱਖਿਆ ਦੇਣਾ ਚਾਹੁੰਦੇ ਸਨ ਖਾਸ ਕਰ ਆਪਣੀਆਂ ਧੀਆਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੁੰਦੇ ਸਨ ਉਸਦੀ ਖਵਾਇਸ਼ ਸੀ ਕਿ ਉਹ ਪੜ੍ਹ ਕੇ ਵੱਡੇ ਅਫਸਰ ਬਣ ਉਸਦੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਅਨੂਪ ਸਿੰਘ ਬਹੁਤ ਹਲਮੀ ਵਾਲੀ ਸ਼ਖਸੀਅਤ ਸਨ ਸਭ ਨਾਲ ਪਿਆਰ ਨਾਲ ਬੋਲਦੇ ਸਨ ਉਹ ਹਰ ਕਿਸੇ ਨੂੰ ਬੜੀ ਖੁੱਲ੍ਹਦਲੀ ਨਾਲ ਮਿਲਦੇ ਸਨ ਵੱਡਿਆਂ ਦਾ ਆਦਰ ਕਰਦੇ ਸਨ ਤੇ ਛੋਟਿਆਂ ਨੂੰ ਪਿਆਰ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਉਸਨੇ ਦੇਸ਼ ਲਈ ਆਪਣੀ ਜਾਨ ਨਿਸ਼ਾਵਰ ਕੀਤੀ ਹੈ ਅਤੇ ਉਸਦੇ ਜਾਣ ਪਿੱਛੋਂ ਉਸਦੇ ਪਰਿਵਾਰ ਨੂੰ ਸੰਭਾਲਿਆ ਜਾਵੇ ਪਰਵਾਰ ਦੇ ਗੁਜ਼ਾਰੇ ਦਾ ਸਰਕਾਰ ਕੋਈ ਪ੍ਰਬੰਧ ਕਰੇ ਕਿਉਂਕਿ ਘਰ ਵਿੱਚ ਉਹ ਹੀ ਕਮਾਉਣ ਵਾਲੇ ਸਨ ਅਨੂਪ ਸਿੰਘ ਸਮੇਤ ਉਸ ਦੇ ਕੁਝ ਸਾਥੀ ਅੱਤਵਾਦੀਆਂ ਦੇ ਹਮਲੇ ਵਿੱਚ ਜ਼ਖਮੀ ਹੋਏ ਸਨ ਜਦੋਂ ਕੋਈ ਸ਼ੱਕੀ دہشت ਗਰਦਾਂ ਨੇ ਦੱਖਣੀ ਪਲਵਾਮਾ ਦੇ ਪ੍ਰੀਚੂ ਇਲਾਕੇ ਵਿੱਚ ਗੈਸਟ ਕਰ ਰਹੀ ਪੁਲਿਸ ਪਾਰਟੀ ਤੇ ਹਮਲਾ ਬੋਲ ਦਿੱਤਾ ਸੀ ਗੰਭੀਰ ਜ਼ਖਮੀ ਹਾਲਤ ਵਿੱਚ ਅਨੂਪ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਪਰ ਬਚਾਇਆ ਨਹੀਂ ਜਾ ਸਕਿਆ ਤੇ ਗਲੋਬਲ ਡਵਾਈਸ ਓਵਰਸੇਡ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀਸ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에어ਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ